ਬਦਨਾਮੀ ਜਾ ਕੇ ਪੁੱਛ ਲੈ ਤੂੰ ਸਾਰੇ ਮੇਰਾ ਛੱਡ ਤੂੰ ਖਿਆਲ ਮੇਰੀ ਜ਼ਿੰਦਗੀ ਹੈ ਜਾਲ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਸੋ ਦੋਸਤੋ, ਕਮਲ ਗਰੇਵਾਲ ਦਾ ਗਾਣਾ ਆ ਚੁੱਕਿਆ ਹੈ ਜੀ, ਬੰਦਾ ਬੇਈਮਾਨ। ਕੁਝ ਦਿਨ ਪਹਿਲਾਂ ਇਸਦਾ ਛੋਟਾ ਜਿਹਾ ਟੀਜ਼ਰ ਸੀਗਾ, ਉੱਤੇ ਆਪਾਂ ਰਿਐਕਸ਼ਨ ਕੀਤਾ ਸੀ। ਦੋਸਤੋ, ਪਹਿਲਾਂ ਵੀ ਬਹੁਤ ਫੇਮਸ ਸਿੰਗਰ ਰਹੇ ਆ ਇਹ ਕਾਫੀ ਟਾਈਮ, ਦੋਸਤੋ ਇਹਨਾਂ ਨੇ ਕੋਈ ਗਾਣਾ ਨਹੀਂ ਕੱਢਿਆ ਤੇ ਹੁਣ ਇਹਨਾਂ ਦਾ ਗਾਣਾ ਆ ਚੁੱਕਿਆ ਹੈ, ਬੰਦਾ ਬੇਈਮਾਨ, ਹਨਾ? ਤੇ ਮਿਊਜ਼ਿਕ ਦਿੱਤਾ ਦੋਸਤੋ ਸ਼ੌਨ ਤੇ ਯੁਵਰਾਜ ਨੇ। ਦੇਖਦੇ ਹਾਂ ਨਾ, ਚੈੱਕ ਕਰਦੇ ਆ ਗਾਣਾ, ਆ ਜਾਓ ਸੁਣਦੇ ਆ ਗਾਣਾ। ਨੀ ਮੈਂ ਪੀਰ ਪਾਪੀਆਂ ਦਾ ਲੱਖਾਂ ਪਾਪ ਨੇ ਕਮਾਏ, ਨੀ ਮੈਂ ਨਰਕਾਂ ਨੂੰ ਜਾਣਾ ਲੋਕ ਪਏ ਨੇ ਸਤਾਏ, ਨੀ ਮੈਂ ਗੰਨ ਤੂੰ ਗੁਲਾਬ ਬੜਾ ਫਰਕ ਜਨਾਬ, ਮੇਰਾ ਆਪਣਾ ਹਿਸਾਬ ਤੇਰਾ ਆਪਣਾ ਹਿਸਾਬ, ਨਾ ਮੈਂ ਚੋਰ ਬਗਦਾਦੀ, ਨਾ ਮੈਂ ਚੋਰ ਬਗਦਾਦੀ, ਨਾ ਮੈਂ ਚੋਰ ਬਗਦਾਦੀ, ਲੁੱਟਾਂ ਫੁੱਲਾਂ ਦੀ ਦੁਕਾਨ, ਫੁੱਲਾਂ ਦੀ ਦੁਕਾਨ, ਫੁੱਲਾਂ ਦੀ ਦੁਕਾਨ, ਨੀ ਤੂੰ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ। ਕੀ ਬਾਤ ਹੈ, ਬੰਦਾ ਬੇਈਮਾਨ, ਬੰਦਾ ਬੇਈਮਾਨ। ਦੇਖ ਲੈ, ਨਹੀਂ ਤਾਂ ਕਿਹੜਾ ਯਾਰ ਨੇ ਦੇਖਿਆ ਨਾ, ਨਹੀਂ ਤਾਂ ਕਿਹੜਾ ਕਹਿੰਦਾ ਮੈਂ ਬੇਈਮਾਨ ਆ। ਬਿਲਕੁਲ, ਆ ਹੀ ਆਪ ਹੀ ਕਹਿ ਰਿਹਾ ਜੀ ਮੈਂ ਬੇਈਮਾਨ ਆ। ਕੀ ਬਾਤ, ਅੱਛਾ ਆਵਾਜ਼ ਵੀ ਉਦਾਂ ਦੀ ਪਈ ਆ ਨਾ, ਆਵਾਜ਼ ਬਹੁਤ ਘੈਂਟ ਆ, ਮਿਊਜ਼ਿਕ ਬਹੁਤ ਵਧੀਆ ਦੋਸਤੋ, ਮਿਊਜ਼ਿਕ ਸੋਹਣਾ ਦਿੱਤਾ ਨਾ। ਕਿਆ ਬਾਤ, ਇਦਾਂ ਚੱਲ ਰਿਹਾ ਮੇਰੇ ਨਾਲ। ਦੇਸੋ ਕੋਈ ਪਦਮਾ ਹੈ ਆਈ ਮੇਰੀ ਪੇਪਾਲ ਵਾਂਗੂ ਚਾਰੇ ਪਾਸੇ ਦੁਹਾਈ, ਨਹੀਂ ਬਣਨਾ ਮੈਂ ਤੇਰੇ ਪਿਆਰ ਦਾ ਸ਼ੁਦਾਈ, ਮੇਰੀ ਜ਼ੁਲਮ ਦੀ ਦੁਨੀਆ ਚੋਂ ਕੀ ਹੈ ਰਿਹਾਈ, ਮੈਂ ਆ ਜੰਗਲ ਦਾ ਰਾਜਾ, ਮੈਂ ਆ ਜੰਗਲ ਦਾ ਰਾਜਾ, ਮੈਂ ਆ ਜੰਗਲ ਦਾ ਰਾਜਾ, ਨਾ ਬਣ ਰਾਜੇ ਦੀ ਤੂੰ ਜਾਨ, ਰਾਜੇ ਦੀ ਤੂੰ ਜਾਨ, ਰਾਜੇ ਦੀ ਤੂੰ ਜਾਨ, ਨੀ ਤੂੰ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ, ਬੰਦਾ ਬੇਈਮਾਨ, ਬੰਦਾ ਬੇਈਮਾਨ, ਤੂੰ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ, ਬੰਦਾ ਬੇਈਮਾਨ, ਬੰਦਾ ਬੇਈਮਾਨ। ਓਹ ਕਿਆ ਬਾਤ ਹੈ, ਹਾਂ ਸਿਰਾ ਦੋਸਤੋ ਮੇਰੀ, ਤਾਰੀਫ ਸਾਰੇ ਅੰਬਰਾਂ ਦੇ ਤਾਰੇ, ਮੈਨੂੰ ਮਿਲੀ ਬਦਨਾਮੀ ਜਾ ਕੇ ਪੁੱਛ ਲੈ ਤੂੰ ਸਾਰੇ, ਮੇਰਾ ਛੱਡ ਤੂੰ ਖਿਆਲ ਮੇਰੀ ਜ਼ਿੰਦਗੀ ਹੈ ਜਾਲ, ਮੇਰੇ ਕੰਮ ਕਾਰ ਕਾਲੇ ਬੜੇ ਪਏ ਨੇ ਖਿਲਾਰੇ, ਮੇਰਾ ਕੌਡੀ ਵੀ ਨਾ ਮੁੱਲ, ਮੇਰਾ ਕੌਡੀ ਵੀ ਨਾ ਮੁੱਲ, ਮੇਰਾ ਕੌਡੀ ਵੀ ਨਾ ਮੁੱਲ, ਤੇ ਤੂੰ ਸੋਨੇ ਦੀਏ ਖਾਣ, ਸੋਨੇ ਦੀਏ ਖਾਣ, ਸੋਨੇ ਦੀਏ ਖਾਣ, ਨੀ ਤੂੰ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ, ਬੰਦਾ ਬੇਈਮਾਨ, ਬੰਦਾ ਬੇਈਮਾਨ, ਨੀ ਤੂੰ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ, ਬੰਦਾ ਬੇਈਮਾਨ, ਬੰਦਾ ਬੇਈਮਾਨ, ਤਰੀਕ ਨੀ ਮੈਂ ਮੌਤ ਨਾਲ ਖੇਡਾਂ ਪੀਂਦਾ ਜੈਲਾ ਖੇਡੀ, ਕੁਝ ਹੈ
ਸਿਖਾਉਂਦੀ ਏ ਜ਼ਿੰਦਗੀ ਦੀ ਖੇਡ ਲੱਖਾਂ ਫਿਰਦੇ ਜੁਆਰੀ ਤੂੰ ਏ ਹੀਰਿਆਂ ਦੀ ਕੇਪੜਾ ਮੈਂ ਕੋਈ ਜਾਦੂਗਰ ਜੀ ਦੀ ਸੀ ਤੋਤੇ ਵਿੱਚ ਜਾਨ ਤੋਤੇ ਵਿੱਚ ਜਾਨ ਤੋਤੇ ਵਿੱਚ ਜਾਨ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ ਬੰਦਾ ਬੇਈਮਾਨ ਬੰਦਾ ਬੇਈਮਾਨ ਚੀਜ਼ ਰੂਹਾਨੀ ਤੇ ਮੈਂ ਬੰਦਾ ਬੇਈਮਾਨ ਬੰਦਾ ਬੇਈਮਾਨ ਬੰਦਾ ਬੇਈਮਾਨ ਸੋ ਦੋਸਤੋ ਗਾਣਾ ਬਹੁਤ ਘੈਂਟ ਸੀਗਾ ਤੇ ਮੈਨੂੰ ਲੱਗਦਾ ਬਾਈ ਦੀ ਐਲਬਮ ਦਾ ਨਾਮ ਹੈ ਥਲਡ ਆਈ ਹੈ ਨਾ ਮੈਨੂੰ ਤਾਂ ਉਹਦੇ ਚ ਗਾਣਾ ਹੋਊਗਾ ਬਾਕੀ ਫੁੱਲ ਐਲਬਮ ਦੇਖੋ ਕਦੋਂ ਆਊਗੀ ਤੇ ਇਹਦੇ ਵਿੱਚ ਮੈਨੂੰ ਲੱਗਦਾ ਚੱਲ ਰਿਹਾ ਸੀ ਉਹਨਾਂ ਨੇ ਫੋਟੋ ਲਾਈ ਸੀ ਉਹਤੇ ਵੀ ਲਿਖਿਆ ਲਿਰਿਕਸ ਕੰਪੋਜ਼ਰ ਬਾਈ ਦਾ ਨਾਮ ਮੈਂਸ਼ਨ ਕੀਤਾ ਕਮਲ ਗਰੇਵਾਲ ਦਾ ਹੋ ਸਕਦਾ ਵੀ ਬਾਕੀ ਜਿਹੜੇ ਐਲਬਮ ਦੇ ਕਈ ਸੌਂਗ ਹੁਣ ਬੱਬੂ ਮਾਨ ਬਾਈ ਨੇ ਲਿਖੇ ਹੋਣ ਹਨਾ ਕਿਉਂਕਿ ਬਾਈ ਨੇ ਗੱਲ ਕਹੀ ਸੀਗੀ ਇੰਟਰਵਿਊ ਦੇ ਵਿੱਚ ਕਮਲ ਗਰੇਵਾਲ ਨੇ ਵੀ ਮਾਨ ਸਾਹਿਬ ਨੇ ਮਾਨ ਸਾਹਿਬ ਦੇ ਨਾਲ ਉਹਨਾਂ ਨੇ ਗਾਣਾ ਕਰਨਾ ਵਾ ਤੇ ਕੁਛ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਮਾਨ ਸਾਹਿਬ ਨੇ ਗਾਣਾ ਵੀ ਲਿਖ ਕੇ ਦੇਣਾ ਹਨਾ ਬਾਕੀ ਦੋਸਤੋ ਬਹੁਤ ਸਾਰਾ ਗਾਣਾ ਸੀਗਾ ਤੁਹਾਨੂੰ ਕਿੱਦਾਂ ਗਾਣਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਦੋਸਤੋ ਤੇ ਮਾਨ ਸਾਹਿਬ ਤੇ ਕਮਲ ਗਰੇਵਾਲ ਨੂੰ ਪਿਆਰ ਕਰਨ ਵਾਲੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਮਿਲਦੇ ਹਾਂ ਫਿਰ ਦੋਸਤੋ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ